ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਆਪਣਾ ਹਰਮਨ ਭੁੱਲਰ ਤੇ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ। ਪੁਰਾਣੀ ਵੀਡੀਓ ਨੂੰ ਤੁਸੀਂ ਕਾਫੀ ਥੋੜਾ ਬਹੁਤਾ ਪਿਆਰ ਦਿੱਤਾ, ਇਸ ਕਰਕੇ ਆਪਾਂ ਫਿਰ ਤੋਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ। ਅੱਜ ਦੀ ਵੀਡੀਓ ਫਿਰ ਇੱਕ ਗੱਡੀ ਨਾਲ ਰਿਲੇਟਡ ਹੋਣ ਵਾਲੀ ਆ, ਤੇ ਉਹ ਗੱਡੀ ਨਾ ਅੱਜ ਦੇ ਟ੍ਰੈਂਡ ਵਿੱਚ ਚੱਲ ਰਹੀ ਆ। ਸੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸੋ ਜਿਆਦਾ ਟਾਈਮ ਆਪਾਂ ਵੇਸਟ ਨਹੀਂ ਕਰਦੇ ਤੇ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ। ਸੋ ਮਿੱਤਰੋ, ਮੈਂ ਇਸ ਟਾਈਮ ਖੜਾ ਵਾਂ ਜੀ ਆਰਿਅਨ ਹੋਂਡਾ ਦੇ ਏਜੰਸੀ ਦੇ ਬਾਹਰ, ਮਜੀਠਾ ਰੋਡ ਤੋਂ ਬਾਈਪਾਸ ਤੋਂ ਇਹ ਸਰਵਿਸ ਲਾਈਨ ਤੇ ਆਈਏ ਤੇ ਲੈਫਟ ਸਾਈਡ ਤੇ ਹੁੰਦੀ ਹੈ ਜੀ, ਤੇ ਜੇ ਆਪਾਂ ਵੇਰਕੇ ਵਾਲੀ ਸਾਈਡ ਤੋਂ ਆਈਏ ਤੇ ਫਿਰ ਥੋੜਾ ਜਿਹਾ ਕੱਟ ਕਰਕੇ ਸ਼੍ਰੀ ਚੰਦ ਗੁਰਦੁਆਰਾ ਲਾਗੂ ਥੋੜਾ ਜਿਹਾ ਕੱਟ ਕਰਕੇ ਫਿਰ ਸਰਵਿਸ ਲਾਈਨ ਤੇ ਉਤਰਨਾ ਪੈਂਦਾ ਵਾ। ਸਰਵਿਸ ਲਾਈਨ ਦੇ ਉਤਰਦੇ ਸਾਰ ਹੀ ਨਾਲ ਹੀ ਲੈਫਟ ਸਾਈਡ ਤੇ ਆਰਿਅਨ ਹੋਂਡਾ ਦੀ ਏਜੰਸੀ ਆ। ਆ ਜਾਓ ਆਪਾਂ ਚੱਲਦੇ ਆ ਅੰਦਰ ਤੇ ਅੱਜ ਤੁਹਾਨੂੰ ਵਿਖਾਉਂਦੇ ਆ ਜੀ ਨਵੀਂ ਗੱਡੀ ਅਲਕਜ਼ਾਰ, ਤੇ ਆਜੋ ਚੱਲਦੇ ਆ ਜੀ। ਲਓ ਵੀ ਮਿੱਤਰੋ, ਅੱਜ ਆਪਾਂ ਆ ਗੱਡੀ ਦਾ ਰਿਵਿਊ ਕਰਨ ਜਾ ਰਹੇ ਆ। ਅਲਕਜ਼ਾਰ ਨਵੀਂ ਗੱਡੀ ਆਈ ਆ ਤੇ ਕਾਫੀ ਡਿਮਾਂਡਿੰਗ ਆ ਇਸ ਟਾਈਮ, ਤੇ ਸਾਰੀ ਆਟੋਮੈਟਿਕ ਗੱਡੀ ਆ, ਫੁੱਲ ਆਟੋਮੈਟਿਕ ਆ। ਤੇ ਜਿਹੜੇ ਇਨੋਵਾ ਲੈਂਦੇ ਆ, ਫੋਰਚੂਨਰ ਲੈਂਦੇ ਆ, ਅੱਜ ਉਹਨਾਂ ਨੂੰ ਪਊਗੀ ਮਾਤ, ਕਿਉਂਕਿ ਫੁੱਲ ਆਟੋਮੈਟਿਕ ਗੱਡੀ ਆ। ਤੇ ਰੇਟ ਤੁਸੀਂ ਸੁਣਦੇ ਹੈਰਾਨ ਹੋ ਗਏ, ਕਿਉਂਕਿ 25-30 ਲੱਖ ਦੀ ਮੇਰੇ ਹਿਸਾਬ ਨਾਲ ਇਸ ਟਾਈਮ ਫੋਰਚੂਨਰ ਜਾਂ ਇਨੋਵਾ ਚੱਲਣ ਦੀ ਹੋਣੀ ਹੈ ਨਾ, 30 ਦੇ ਲਾਗੇ ਛਾਗੇ। ਤੇ ਪਰ ਇਹਦਾ ਰੇਟ, ਫੀਚਰ ਵੀ ਸੇਮ ਤੇ ਸਾਰਾ ਕੁਝ ਵਧੀਆ ਵਾ, ਤੇ ਆਓ ਆਪਾਂ ਬਣਾਉਂਦੇ ਆ। ਸੋ ਮਿੱਤਰੋ, ਅੱਜ ਤੁਹਾਨੂੰ ਆਪਾਂ ਗੱਡੀ ਦਿਖਾਉਣ ਲੱਗੇ ਆ ਜੀ ਅਲਕਜ਼ਾਰ, ਤੇ ਪੂਰੀ ਬ੍ਰਾਂਡ ਦੀ ਗੱਡੀ ਆ, ਤੇ ਅੱਜ ਆਪਾਂ ਪੂਰਾ ਰਿਵਿਊ ਲਵਾਂਗੇ ਇਹਦਾ ਭਾਜੀ ਹੋਣਾ ਕੋ। ਤੇ ਆਓ ਜੀ ਭਾਈ, ਇਹਦਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇੰਜਨ ਕਿੰਨੇ ਸੀਸੀ ਹੈ, ਕਿੰਨੇ ਇੰਜਨ? ਸਰ ਅਲਕਜ਼ਾਰ ਦਾ ਹੁੰਦਾ ਜੀ 1500 ਸੀਸੀ। 1500 ਸੀਸੀ, ਠੀਕ ਆ ਜੀ। ਬਾਕੀ ਇਹ ਨਵਾਂ ਫੇਸ ਲਿਫਟ ਆਇਆ ਅਲਕਜ਼ਾਰ ਦਾ, ਜਿਹਦੇ ਵਿੱਚ ਕੰਪਨੀ ਨੇ ਕਾਫੀ ਚੇਂਜਸ ਕੀਤੀਆਂ, ਜਿਸ ਤਰ੍ਹਾਂ ਇਹਦੀ ਫਰੰਟ ਲੁੱਕ ਚੇਂਜ ਕਰਤੀ ਗੱਡੀ ਦੀ। ਠੀਕ ਆ ਜੀ। ਫਰੰਟ ਦੇ ਵਿੱਚ ਜਿਹੜੀਆਂ ਐਚ ਪ੍ਰੋਮਿਸ ਐਚ ਟਾਈਪ ਲਾਈਟਸ ਆਉਂਦੀਆਂ, ਜਿਹੜੀਆਂ ਪਹਿਲਾਂ ਸਿੰਪਲ ਆਉਂਦੀਆਂ ਹੁੰਦੀਆਂ ਸੀ, ਠੀਕ ਆ, ਫਰੰਟ ਗ੍ਰਿਲ ਚੇਂਜ ਹੋ ਗਈ ਗੱਡੀ ਦੀ। ਠੀਕ ਆ ਜੀ। ਪਰ ਆ ਲਾਈਟਸ ਤੁਸੀਂ ਦੇ ਸਕਦੇ ਪੂਰੀ ਐਲਈਡੀ ਟਾਈਪ ਆ, ਹਨਾ ਭਾਈ? ਬਿਲਕੁਲ, ਐਲਈਡੀ ਡੀਆਰਐਲਸ ਨੇ। ਹਾਂਜੀ, ਐਂਡ ਟੂ ਐਂਡ ਕਨੈਕਟਡ ਨੇ, ਤੇ ਇਹ ਪੂਰੀਆਂ ਕਹਿੰਦੇ ਆ ਕਿ ਇੱਥੋਂ ਲੈ ਕੇ ਪੂਰੀ ਲਾਈਟ ਨਾਲ ਕਨੈਕਟਡ ਆ, ਜਿਹੜੀ ਸੈਂਟਰ ਵਾਲੀ ਲਾਈਟ ਵੀ ਆ, ਤੇ ਥੱਲੇ ਵੀ ਇਹਨਾਂ ਨੇ ਇਹਨੂੰ ਕਹੀ ਫੋਕਸ ਐਲਈਡੀ ਹੈਡ ਲੈਂਪਸ ਨੇ। ਅੱਛਾ, ਇਹ ਵੀ ਐਲਈਡੀ ਚਾਉਂਦੇ ਆ, ਕੀ ਬਾਤ ਹੈ। ਸੋ ਸਾਰੀ ਚੀਜ਼ ਅਪਡੇਟ ਹੋ ਕੇ ਆਈ ਹੈ ਕਿ ਗ੍ਰਿਲ ਵੀ ਬਹੁਤ ਪਿਆਰੀ ਆ, ਅੱਗੇ ਕੈਮਰਾ ਵੀ ਆ, ਇਹਦੇ ਸਭ ਤੋਂ ਵੱਡੀ ਗੱਲ ਆ, ਤੇ ਅੱਗੇ ਬਹੁਤ ਘੱਟ ਗੱਡੀਆਂ ਦਾ ਕੈਮਰਾ ਹੁੰਦਾ, ਇਹਦੇ ਅੱਗੇ ਵੀ ਹੈਗਾ ਵਾ। ਤੇ ਆਓ ਜੀ ਆਪਾਂ ਹੁਣ ਥੋੜੀ ਥੋੜੀ ਡਿਟੇਲ ਬਾਰੇ ਜਾਣਦੇ ਆ ਗੱਡੀ ਦੀ। 1500 ਸੀਸੀ ਇੰਜਨ ਨਾਲ 7 ਸੀਟਰ ਕਾਮਯਾਬ ਆ ਭਾਈ? ਬਿਲਕੁਲ ਕਾਮਯਾਬ ਸਰ, ਮਤਲਬ ਪਹਾੜੀ ਪੁੜੀ ਇਲਾਕੇ ਚ ਬਿਲਕੁਲ ਬਿਲਕੁਲ ਕਾਮਯਾਬ। ਠੀਕ ਆ, ਫਿਰ ਤੇ ਆਜੋ ਜੀ ਆਪਾਂ ਦੇਖਦੇ ਆ ਹੁਣ, ਤੇ ਆਓ ਜੀ ਤੁਹਾਨੂੰ ਨਾਲ ਨਾਲ ਦਿਖਾਉਂਦੇ ਆ। ਤੇ ਸਭ ਤੋਂ ਪਹਿਲਾਂ ਦੇਖੋ ਮਿੱਤਰੋ, ਆਹ ਤਰੀਕੇ ਦੇ ਲੋਇਲ ਵੀਲ ਤੁਹਾਨੂੰ ਗੱਡੀ ਦੇ ਵਿੱਚ ਹੀ ਮਿਲ ਜਾਣਗੇ, ਤੇ ਬਹੁਤ ਪਿਆਰੀ ਲੁੱਕ ਆਉਂਦੀ ਹੈ ਲੋਇਲ ਵੀਲਾਂ ਨਾਲ। ਉਸ ਤੋਂ ਬਾਅਦ ਆਹ ਤੁਸੀਂ ਮਿਰਰ ਦੇਖ ਸਕਦੇ ਹੋ, ਮਿਰਰ ਵਿੱਚ ਆ ਸਾਈਡ ਲਾਈਟ ਇੰਡੀਕੇਟਰ ਆਉਂਦੇ ਆ। ਇਸ ਤੋਂ ਬਾਅਦ ਥੱਲੇ ਨਾ ਬਿਲਕੁਲ ਇਹਦੇ ਜਸਟ ਇਹ ਕੈਮਰੇ ਦੀ ਆਪਸ਼ਨ ਵੀ ਆ, ਇਹ ਕੈਮਰਾ ਨਾ ਭਾਈ 360 ਡਿਗਰੀ ਕੈਮਰਾ ਮਿੱਤਰੋ। ਤੇ ਜਦੋਂ ਤੁਹਾਨੂੰ ਰੇਟ ਦੱਸਾਂਗੇ ਨਾ, ਕੀ ਕਹੋਗੇ ਕਿ ਇੰਨੇ ਰੇਟ ਦੇ ਵਿੱਚ ਇੰਨਾ ਕੁਝ? ਤੇ ਪਹਿਲੇ ਆਪਾਂ ਗੱਡੀ ਬਾਰੇ ਦੱਸ ਦਈਏ ਤੁਹਾਨੂੰ, ਫਿਰ ਤੁਹਾਨੂੰ ਕੈਮਰੇ ਬਾਰੇ ਵੀ ਦੱਸਦੇ ਹਾਂ। ਹੁਣ ਆਪਾਂ ਖੋਲਦੇ ਹਾਂ ਗੱਡੀ। ਸੋ ਮਿੱਤਰੋ, ਗੱਡੀ ਹੈਗੀ ਆ ਪੂਰੀ ਫੁੱਲ ਆਟੋਮੈਟਿਕ ਵਿਦਆਊਟ ਕਲੱਚ ਆ ਭਾਜੀ? ਇਹ ਆਟੋਮੈਟਿਕ, ਹਾਂ ਵਿਦਆਊਟ ਕਲੱਚ, ਫੁੱਲ ਆਟੋਮੈਟਿਕ। ਤੇ ਪਹਿਲੇ ਆਪਾਂ ਤੁਹਾਨੂੰ ਥੋੜੀ ਜਿਹੀ ਫੰਕਸ਼ਨ ਦਿਖਾ ਦਿੰਦੇ ਹਾਂ। ਆਹ ਦੇਖੋ, ਇਹਦੇ ਸਟੀਅਰਿੰਗ ਦੇ ਉੱਤੇ ਸਾਰੇ ਫੰਕਸ਼ਨ ਆ, ਇਧਰਲੀ ਸਾਈਡ ਤੇ ਫੋਨ ਚੁੱਕਣ ਦੇ ਫੰਕਸ਼ਨ, ਇਧਰਲੀ ਸਾਈਡ ਤੇ ਕਰੂਜ਼ ਕੰਟਰੋਲ ਆ, ਹਨਾ ਭਾਜੀ? ਇੱਕ ਕਰੂਜ਼ ਹੋ ਗਿਆ, ਹਾਂਜੀ। ਫਿਰ ਇਹਦੇ ਵਿੱਚ ਅਡਾਸ ਹੈ, ਅਡਾਸ। ਲਓ ਜੀ, ਅਡਾਸ ਸਿਸਟਮ ਵੀ ਆ ਗਿਆ, ਜਿਹੜਾ ਮਸੜੀ ਦੇ ਵਿੱਚ ਆਉਂਦਾ ਹੈ ਨਾ, ਇਹ ਪਹਿਲਾਂ ਨਹੀਂ ਅਲਕਜ਼ਾਰ ਚ ਆਉਂਦਾ ਸੀ, ਇਹ ਹੁਣ ਆਉਂਦਾ ਹੈ ਜਿਹੜਾ ਨਵਾਂ ਫੇਸ ਲਿਫਟ ਇਹ ਚ ਪਾਇਆ ਇਹਨਾਂ ਨੇ।
ਸੋ ਮਿੱਤਰੋ ਗੱਲ ਕਰ ਰਹੇ ਸੀ ਆਪਾਂ ਸਟੀਅਰਿੰਗ ਬਾਰੇ, ਇਹਦੇ ਬਾਰੇ ਆਉਂਦਾ ਜੀ। ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਕਰੂਜ਼ ਕੰਟਰੋਲ ਆਉਂਦਾ ਵਾ, ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆਉਂਦੇ ਆ ਜੀ ਮਿਊਜ਼ਿਕ ਸਿਸਟਮ ਦੇ ਮੋਡ ਆਉਂਦੇ ਆ, ਅਲੱਗ ਅਲੱਗ ਫੋਨ ਵੀ ਆਪਾਂ ਗੱਡੀ 'ਚ ਬੈਠੇ ਬੈਠੇ ਸੁਣ ਸਕਦੇ ਹਾਂ। ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਜੀ ਅਡਾਸ ਸਿਸਟਮ ਆ ਗਿਆ ਭਾਜੀ। ਹਾਂ ਅਡਾਸ ਸਿਸਟਮ ਆ ਗਿਆ। ਹਾਂਜੀ ਅਡਾਸ ਸਿਸਟਮ ਇਦਾਂ ਭਾਜੀ ਵਰਕ ਕਰਦਾ ਇਹਦਾ, ਜਿਸ ਤਰ੍ਹਾਂ ਤੁਸੀਂ ਹਾਈਵੇ ਤੇ ਕਾਰ ਨੂੰ ਡਰਾਈਵ ਕਰ ਰਹੇ ਹੋ ਨਾ, ਠੀਕ ਆ ਜੀ, ਤੇ ਤੁਸੀਂ ਲੇਨ ਦੇ ਵਿੱਚ ਜਾ ਰਹੇ ਹੋ ਗੱਡੀ ਲੈ ਕੇ, ਗੱਡੀ ਲੇਨ ਤੋਂ ਬਾਹਰ ਜਾਏਗੀ ਤੇ ਉਹ ਆਟੋ ਕਰੈਕਟ ਕਰੇਗੀ ਆਪਣੇ ਆਪ ਨੂੰ, ਨਾਲ ਤੁਹਾਨੂੰ ਇੱਥੇ ਇੰਡੀਕੇਸ਼ਨ ਦੇਏਗੀ, ਬਸ ਸਟੇਬਲ ਰੱਖੂਗੀ ਆਪਣੇ ਆਪ ਨੂੰ, ਸਟੇਬਲ ਰੱਖੇਗੀ। ਫਿਰ ਭਾਈ ਆ ਇੱਕ ਨਵੀਂ ਚੀਜ਼ ਦੇਖ ਰਿਹਾ ਮੈਂ, ਆ ਕੀ ਚੀਜ਼ ਆ? ਇਹ ਸਰ ਪੈਡਲ ਸ਼ਿਫਟਰ ਹੈ, ਹੁਣ ਜਿਸ ਤਰ੍ਹਾਂ ਆਟੋਮੈਟਿਕ ਗੱਡੀ ਹੈ ਨਾ, ਤੁਸੀਂ ਆਟੋਮੈਟਿਕ ਮੋਡ 'ਚ ਚਲਾ ਰਹੇ ਹੋ ਇਹਨੂੰ, ਆਟੋਮੈਟਿਕ ਮੋਡ 'ਚ ਤੇ ਇਹਨੇ ਆਟੋਮੈਟਿਕ ਗੇਅਰ ਸ਼ਿਫਟ ਕਰਨੇ, ਠੀਕ ਆ, ਬਟ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਮੈਨੂਅਲ ਮੋਡ 'ਚ ਡਰਾਈਵ ਕਰਨਾ, ਤੇ ਤੁਸੀਂ ਇਹ ਪਲੱਸ ਗੇਅਰ ਹੈ, ਇਹ ਮਾਈਨਸ ਗੇਅਰ ਹੈ, ਅਰੇ ਵਾਹ, ਇਹਨੂੰ ਤੁਸੀਂ ਜਦੋਂ ਸਪੋਜ਼ ਥਰਡ ਗੇਅਰ 'ਚ ਗੱਡੀ ਆ, ਇਹ ਤੇ ਭਾਈ ਮੇਰੇ ਹਿਸਾਬ ਨਾਲ ਵੱਡੀਆਂ ਗੱਡੀਆਂ 'ਚ ਪਾਵਰ ਸਪੋਰਟਸ ਵਾਲੀਆਂ ਗੱਡੀਆਂ ਚਾਹੁੰਦਾ ਵਾ, ਵੱਡੀਆਂ ਗੱਡੀਆਂ 'ਚ ਆਉਂਦਾ ਸੀ, ਅਰੇ ਕੀ ਬਾਤ ਹੈ ਯਾਰ, ਇਨੋਵਾ 'ਚ ਵੀ ਮੇਰੇ ਹਿਸਾਬ ਨਾਲ ਆ ਚੀਜ਼ ਨਹੀਂ ਆਈ ਹੋਣੀ ਹਲੇ, ਨਹੀਂ ਨਾ ਜੀ, ਬਹੁਤ ਵਧੀਆ ਸਿਸਟਮ ਆ ਭਾਈ। ਹੁਣ ਤੁਸੀਂ ਮੈਨੂੰ, ਮੈਂ ਕਹਾਂਗਾ ਥੋੜ੍ਹੀ ਸਟਾਰਟ ਕਰਕੇ, ਪੁਸ਼ ਬਟਨ ਸਟਾਰਟ ਹੈ, ਲਓ ਜੀ ਤੁਹਾਨੂੰ ਆਪਾਂ ਸਟਾਰਟ ਕਰਕੇ ਦਿਖਾਉਂਦੇ ਹਾਂ ਗੱਡੀ। ਅੱਛਾ ਸੀਟ ਵੀ ਨਾ ਇਹਦੀ ਪੂਰੀ ਐਡਜਸਟੇਬਲ ਆ, ਇਲੈਕਟ੍ਰੋਨਿਕ ਐਡਜਸਟੇਬਲ ਆ, 6 ਵੇ ਇਲੈਕਟ੍ਰੋਨਿਕ ਐਡਜਸਟੇਬਲ ਸੀਟ ਕਹਿੰਦੇ ਇਹਨੂੰ। ਫਿਰ ਇਹਦੇ ਵਿੱਚ ਇੱਕ ਹੋਰ ਫੰਕਸ਼ਨ ਆਉਂਦਾ ਹੈ ਸੀਟ ਦੇ ਵਿੱਚ, ਮੈਮਰੀ ਸੀਟਸ। ਅੱਛਾ ਜੀ, ਜਿਸ ਤਰ੍ਹਾਂ ਹੁਣ ਮੈਂ ਬੈਠਾ ਹਨਾ, ਇਹ 'ਚ ਦੋ ਬਟਨ ਦਿੱਤੇ ਇੱਥੇ, ਨੰਬਰ 1 ਨੰਬਰ 2 ਹਨਾ, ਮੈਂ ਬੈਠਾ ਹੈ, ਮੈਂ ਆਪਣੀ ਸੀਟ ਦੀ ਪੋਜੀਸ਼ਨ ਸੈੱਟ ਕੀਤੀ ਹੈ, ਮੈਂ ਨੰਬਰ 1 ਤੇ ਆਪਣੀ ਪੋਜੀਸ਼ਨ ਸੈੱਟ ਕਰ ਲਵਾਂਗਾ, ਜਦੋਂ ਮੈਂ ਬਵਾਂਗਾ ਨੰਬਰ 1 ਨਪਾਂਗਾ ਮੇਰੀ ਪੋਜੀਸ਼ਨ ਤੇ ਸੀਟ ਆ ਜਾਏਗੀ। ਅੱਛਾ, ਇੱਕ ਚੀਜ਼ ਦੇਖੋ, ਇਹਦੇ ਵਿੱਚ ਇੱਥੇ ਵੀ ਲੌਕ ਅਨਲੌਕ ਦੇ ਕਾਫੀ ਸਿਸਟਮ ਆ ਗਏ ਆ, ਆਟੋ ਫੋਲਡੇਬਲ ਮਿਰਰਸ ਹੋ ਗਏ, ਮੇਰੇ ਸਾਰੇ ਫੀਚਰ ਕਿ ਜਿਸ ਦਿਨ ਮਰਜ਼ੀ ਆਪਾਂ ਐਡਜਸਟ ਕਰ ਸਕਦੇ ਆ। ਸੋ ਹੁਣ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਤੁਹਾਨੂੰ ਗੱਡੀ ਸਟਾਰਟ ਕਰਕੇ ਦਿਖਾਉਂਦੇ ਆ, ਪੁਸ਼ ਬਟਨ ਸਟਾਰਟ ਆ। ਅਰੇ ਵਾਹ, ਕੀ ਬਾਤ ਹੈ। ਸੋ ਦੇਖੋ ਜੀ, ਆ ਮੀਟਰ ਆ ਇਹਦਾ, ਇਹਦੇ ਵਿੱਚ ਕੀ ਕੀ ਫੰਕਸ਼ਨ ਆ ਮਾੜੇ ਮਾੜੇ ਦੱਸੋ ਜੀ। ਪੂਰਾ ਕਨੈਕਟਡ ਹੈ ਮਿਊਜ਼ਿਕ ਸਿਸਟਮ ਤੇ ਇਹਦਾ ਮੀਟਰ ਕਨੈਕਟਡ ਹੈ। ਇਹਦੇ ਵਿੱਚ ਮੋਡ ਕਿਹੜੇ ਕਿਹੜੇ ਹੁੰਦੇ ਆ ਸਰ? ਮੋਡ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ, ਜਿਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਕਰਨਾ, ਇੱਕ ਤੇ ਤੁਸੀਂ ਆ ਜਿਹੜੇ ਲੈਂਪਸ ਆ ਇਹਨਾਂ ਨੂੰ, ਮੀਟਰ ਹੈਗੇ ਇਹਨਾਂ ਨੂੰ ਚੇਂਜ ਕਰਨਾ ਚਾਹੋ ਇਹਨਾਂ ਨੂੰ ਚੇਂਜ ਕਰ ਸਕਦੇ ਹੋ। ਇਹਦੇ ਵਿੱਚ ਫਿਰ ਤੁਹਾਨੂੰ ਕਿਲੋਮੀਟਰ ਦੀ, ਕਿੰਨੇ ਕਿਲੋਮੀਟਰ ਦੀ ਗੱਡੀ ਐਵਰੇਜ ਦੇ ਰਹੀ ਆ, ਗੱਡੀ ਦੇ ਵਿੱਚ ਕਿੰਨਾ ਪੈਟਰੋਲ ਆ, ਫਿਰ ਲੇਨ ਸਿਸਟ ਦੀ, ਜਿਸ ਤਰ੍ਹਾਂ ਹੁਣ ਲੇਨ ਸਿਸਟ ਦੱਸ ਰਿਹਾ ਇਹਦੇ ਵਿੱਚ, ਅਡਾਸ ਦੇ ਸਾਰੇ ਫੀਚਰ ਇਹਦੇ ਵਿੱਚ ਨਾਲ ਨਾਲ, ਤੇ ਜਿੱਦਾਂ ਮਤਲਬ ਸਪੋਰਟਸ ਮੋਡ ਜਾਂ ਨਾਰਮਲ, ਉਹ ਤੁਸੀਂ ਡਰਾਈਵ ਮੋਡ ਜਦੋਂ ਚੇਂਜ ਕਰੋਗੇ ਉਹ ਨਾਲ ਤੁਹਾਨੂੰ ਇਹ ਦੇਖੋ ਸਪੋਰਟਸ ਮੋਡ ਐਕਟੀਵੇਟ ਹੋ ਗਿਆ, ਇਹਦਾ ਰੈੱਡ ਕਲਰ 'ਚ ਦਿਖਾਏਗਾ, ਠੀਕ ਆ ਜੀ ਹਨਾ। ਫਿਰ ਉਸ ਤੋਂ ਬਾਅਦ ਨਾਰਮਲ ਮੋਡ ਹੋ ਗਿਆ, ਇਕੋਨਮੀ ਮੋਡ ਹੋ ਗਿਆ, ਇਕੋਨਮੀ ਹੁੰਦਾ, ਇਕੋਨਮੀ 'ਚ ਗੱਡੀ ਕੀ ਕਰਦੀ ਹੈ, ਫਿਊਲ ਕੰਜ਼ਪਸ਼ਨ ਆਪਣੀ ਘਟਾ ਦਿੰਦੀ ਹੈ ਤੇ ਮਾਈਲੇਜ ਵਧਾ ਦਿੰਦੀ ਹੈ। ਅਰੇ ਵਾਹ, ਸਪੋਰਟਸ 'ਚ ਕੀ ਹੁੰਦਾ ਗੱਡੀ ਦੀ ਪਿਕਅਪ ਵੱਧ ਜਾਂਦੀ ਹੈ। ਹੋਰ ਕਿਹੜੇ ਕਿਹੜੇ ਆ? ਫਿਰ ਇਹ ਤਿੰਨ ਮੋਡ ਆਉਂਦੇ ਆ, ਇਕੋ, ਨਾਰਮਲ ਤੇ ਸਪੋਰਟਸ। ਸੋ ਮਿੱਤਰੋ ਆ ਤਿੰਨ ਮੋਡ ਆਉਂਦੇ ਆ, ਬਾਕੀ ਹੋਰ ਵੀ ਕਾਫੀ ਸਿਸਟਮ ਆ। ਤੇ ਇਧਰਲੀ ਸਾਈਡ ਤੇ ਆਪਾਂ ਚੱਲਦੇ ਆ ਥੋੜਾ ਜਿਹਾ, ਆ ਦੇਖੋ ਜੀ ਪੂਰੀ ਆਟੋ ਗੱਡੀ ਆ, ਹੈਗਾ 360 ਵਿਊ ਦੇਖਣਾ ਗੱਡੀ ਦਾ ਤੁਸੀਂ। ਸੋ ਆ ਕੈਮਰਾ, ਤੁਸੀਂ ਇਥੋਂ 360 ਵਿਊ ਦੇਖ ਸਕਦੇ ਹੋ ਜਿਸ ਤਰ੍ਹਾਂ ਵੀ ਦੇਖਣਾ ਚਾਹੋ। ਅਰੇ ਵਾਹ, 360 ਵਿਊ ਸਹੀ ਆ। ਇਲੈਕਟ੍ਰੋਨਿਕ ਪਾਰਕ ਬ੍ਰੇਕ ਹੈਗੀ ਜੀ ਇਸ ਗੱਡੀ ਦੇ ਵਿੱਚ, ਇਹ ਆਟੋ ਹੋਲਡ ਦਾ ਫੀਚਰ ਹੈ। ਆਟੋ ਹੋਲਡ ਦਾ ਫੀਚਰ ਹੁੰਦਾ ਸਪੋਜ਼ ਤੁਸੀਂ ਆਟੋ ਹੋਲਡ ਫੀਚਰ ਔਨ ਹੈਗਾ, ਆਪਾਂ ਟ੍ਰੈਫਿਕ ਸਿਗਨਲ ਤੇ ਗਏ ਆ, ਤੁਹਾਨੂੰ ਇਥੋਂ ਪਾਰਕ ਗੱਡੀ ਭਾਵੇਂ ਗੇਅਰ ਦੇ ਵਿੱਚ ਹੈਗੀ ਹੈ, ਤੁਸੀਂ ਇਹਦੀ ਬ੍ਰੇਕ ਦਬਾਓਗੇ ਗੱਡੀ ਆਟੋਮੈਟਿਕ ਹੋਲਡ ਕਰ ਲੇਗੀ ਆਪਣੇ ਆਪ। ਅੱਛਾ, ਉਸ ਤੋਂ ਬਾਅਦ ਇਹਦੇ ਵਿੱਚ ਵੈਂਟੀਲੇਟਡ ਸੀਟਸ ਆਉਂਦੀਆਂ ਨੇ, ਏਸੀ ਦੇ ਨਾਲ ਵੈਂਟੀਲੇਸ਼ਨ ਔਨ ਕਰੋਗੇ ਇਹਦੀ ਤੇ ਸੀਟਾਂ ਵੀ ਠੰਡੀਆਂ ਹਵਾ ਛੱਡਣਗੀਆਂ। ਭਾਜੀ ਆ ਥੋੜਾ ਜਿਹੜਾ ਸੱਲੇ ਸਿਸਟਮ ਆ ਇਹਦੇ ਵਿੱਚ ਸਰ, ਆਮ ਜਿਹੜੀਆਂ ਗੱਡੀਆਂ 'ਚ ਸਿੰਗਲ ਏਸੀ ਆਉਂਦਾ ਹਨਾ, ਇਹ 'ਚ ਡੂਅਲ ਜ਼ੋਨ ਏਸੀ ਆਉਂਦਾ ਹੈ, ਜਿਸ ਤਰ੍ਹਾਂ ਡੂਅਲ ਕਲਾਈਮੇਟ ਕੰਟਰੋਲ ਕਹਿੰਦੇ ਆ ਨੂੰ, ਹਾਫ ਸਾਈਡ ਤੋਂ ਇੱਧਰ ਦਾ ਕਲਾਈਮੇਟ ਤੁਸੀਂ ਇੱਧਰੋਂ ਸੈੱਟ ਕਰ ਸਕਦੇ ਹੋ। ਸਪੋਜ਼ ਮੈਂ ਆਪਣਾ ਟੈਂਪਰੇਚਰ ਰੱਖਣਾ ਚਾਹਾਂ 21 ਡਿਗਰੀ ਹਨਾ ਜਾਂ 19 ਡਿਗਰੀ, ਇੱਧਰਲਾ ਬੰਦਾ 23 ਡਿਗਰੀ ਰੱਖਣਾ ਚਾਹੇ, ਇੱਧਰਲਾ ਟੈਂਪਰੇਚਰ 23 ਡਿਗਰੀ ਹੋ ਜਾਏ। ਕੀ ਬਾਤ ਹੈ ਭਾਈ, ਡੂਅਲ ਜ਼ੋਨ ਏਸੀ ਆਉਂਦਾ ਇਹਦੇ। ਮਿੱਤਰਾਂ ਦੇ ਫੀਚਰ ਸੁਣਦੇ ਜੇ ਤੇ ਰੇਟ ਸੁਣਿਆ ਫਿਰ ਤੇ ਹੈਰਾਨ ਰਹੋਗੇ।
ਅੱਗੇ ਦੱਸੋ ਬਾਈ ਬਾਕੀ ਇਹਦੇ ਵਿੱਚ ਤੁਹਾਨੂੰ ਵਾਇਰਲੈਸ ਚਾਰਜਰ ਮਿਲ ਜਾਣਾ ਠੀਕ ਹੈ ਕੀ ਬਾਤ ਹੈ ਬਾਕੀ ਇਹਦੇ ਵਿੱਚ ਇਨਫੋਟੇਨਮੈਂਟ ਜਿਹੜਾ ਹੈਗਾ ਜੇ ਸਾਰੇ ਸਪੀਕਰ ਬੋਸ ਦੇ ਜੇ ਸਬ ਵੂਫਰ ਲੱਗਾ ਹੁੰਦਾ ਜੇ ਕੰਪਨੀ ਵੱਲੋਂ ਬੋਸ ਦੇ ਸਪੀਕਰ ਆ ਡੈਸ਼ਬੋਰਡ ਆ ਚੀਜ਼ ਦੱਸਿਓ ਭਈਆ ਦਾ ਇਹ ਹੈਗਾ ਇਹ ਤੇ ਟ੍ਰੈਕਸ਼ਨ ਮੋਡ ਹੁੰਦਾ ਨਾ ਗੱਡੀ ਜੋ ਸਟਾਰਟ ਹੁੰਦੀ ਹੈ ਤਾਂ ਟ੍ਰੈਕਸ਼ਨ ਕੰਟਰੋਲ ਸਿਸਟਮ ਆਨ ਹੁੰਦਾ ਜੇ ਉਹਨੂੰ ਤੁਸੀਂ ਆਫ ਕਰਨਾ ਚਾਹੋ ਇੱਥੋਂ ਆਫ ਕਰ ਸਕਦੇ ਹੋ ਫਿਰ ਇੱਕ ਆਈਡਲ ਸਟਾਪ ਸਟਾਰਟ ਦਾ ਫੀਚਰ ਆਉਂਦਾ ਇਹ ਹੁੰਦਾ ਫਿਊਲ ਕੰਜ਼ੰਪਸ਼ਨ ਫੀਚਰ ਲਾ ਲਓ ਇੱਕ ਹਿਸਾਬ ਦਾ ਅੱਛਾ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਹਾਂ ਜਿੱਦਾਂ ਤੁਸੀਂ ਜਾਂਦੇ ਹੋ ਸਿਗਨਲ ਤੇ ਹਨਾ ਆਹ ਹੋ ਗਿਆ ਲਾਈਟ ਦਾ ਇਹ ਲਾਈਟ ਮੋਡ ਅਡਜਸਟ ਕਰਨ ਵਾਸਤੇ ਠੀਕ ਆ ਜੀ ਲਓ ਜੀ ਆਪਾਂ ਹੁਣ ਕਾਫੀ ਚੀਜ਼ਾਂ ਜਾਣ ਲਈਆਂ ਭਾਈ ਕੋਣ ਅੰਦਰ ਬਹਿ ਕੇ ਦੇਖਦੇ ਆ ਸੋ ਮਿੱਤਰੋ ਆ ਦੇਖੋ ਜੀ ਗੱਡੀ ਦੀ ਫਰਨਿਸ਼ ਪੂਰੀ ਵਧੀਆ ਵਾ ਤੇ ਆ ਦੇਖੋ ਏਸੀ ਦੇ ਆ ਬਾਕਸ ਸਿਰਾ ਲੱਗੇ ਮੈਨੂੰ ਆ ਕੀ ਭਾਈ ਇਹ ਵੀ ਇਹ ਵੈਂਟਸ ਹੁੰਦੇ ਆ ਤਾਂ ਕਿ ਜਦੋਂ ਮਤਲਬ ਫੌਗ ਜੰਮਦੀ ਨਾ ਸ਼ੀਸ਼ਿਆਂ ਤੇ ਸੰਤ ਫੌਗ ਤੇ ਆਪਣੀ ਖਤਮ ਹੋ ਜਾਂਦੀ ਹਰ ਚੀਜ਼ ਨਾ ਪੂਰੀ ਸਹੀ ਦਿੱਤੀ ਆ ਆ ਚੀਜ਼ ਦੇਖੋ ਵਾਇਰਲੈਸ ਚਾਰਜਰ ਯੂਐਸਬੀ ਵੀ ਇਹਦੇ ਵਿੱਚ ਸੀ ਟਾਈਪ ਚਾਰਜਰ ਲਾ ਸਕਦੇ ਤੇ ਯੂਐਸਬੀ ਲਾ ਸਕਦੇ ਹੋ 12 ਵੋਲਟੇਜ ਦੀ ਇਹਦੇ ਵਿੱਚ ਤੁਹਾਨੂੰ ਪਾਵਰ ਦਿੱਤੀ ਗਈ ਆ ਆ ਏਸੀ ਦੇ ਵੈਂਟਸ ਹੋ ਗਏ ਮੀਡੀਆ ਟਰੈਕ ਸਾਰਾ ਕੁਝ ਤੁਸੀਂ ਲਾ ਸਕਦੇ ਹੋ 360° ਕੈਮਰਾ ਵਾ ਉਸ ਤੋਂ ਬਾਅਦ ਤੁਸੀਂ ਮੀਟਰ ਦੀ ਆਪਣੀ ਤੁਹਾਨੂੰ ਦੱਸ ਚੁੱਕੇ ਭਾਈ ਕਿ ਜਿਸ ਤਰ੍ਹਾਂ ਮਰਜ਼ੀ ਤੁਸੀਂ ਚੇਂਜ ਕਰ ਸਕਦੇ ਹੋ ਹਨਾ ਇਸ ਤੋਂ ਬਾਅਦ 3 ਮੋਡ ਆ ਗਏ ਇਹਦੇ ਵਿੱਚ ਇਧਰਲੀ ਸਾਈਡ ਤੇ ਤੁਹਾਨੂੰ ਮਿਊਜ਼ਿਕ ਸਿਸਟਮ ਦਾ ਮਿਲ ਜਾਂਦਾ ਸਾਰਾ ਕੁਝ ਇਧਰਲੀ ਸਾਈਡ ਦਾ ਕਰੂਜ਼ ਕੰਟਰੋਲ ਮਿਲ ਜਾਂਦਾ ਅਡਾਸ ਸਿਸਟਮ ਮਿਲ ਜਾਂਦਾ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਵੇਂ ਮੈਨੂੰ ਇਹ ਲੱਗਣ ਲੱਗੇ ਤਾਂ ਜਿਹੜਾ ਓਕੇ ਜੀ ਮੇਰੇ ਮਿੱਤਰੋ ਪੰਜਾਬੀ ਥੋੜੀ ਜਿਹੀ ਇੱਦਾਂ ਦੀ ਆ ਬਾਕੀ ਆ ਦੇਖੋ ਚੀਜ਼ ਨਾ ਅੱਧੀ ਇੱਥੋਂ ਤੱਕ ਖੁੱਲਦੀ ਆ ਉਸ ਤੋਂ ਬਾਅਦ ਆ ਵੀ ਚੀਜ਼ ਖੁੱਲਦੀ ਨਾ ਭਾਈ ਇਹ ਕਿਸੇ ਗੱਡੀ ਨਹੀਂ ਖੁੱਲਦੀ ਫਰੰਟ ਖੁੱਲੇਗਾ ਅੱਛਾ ਸਿਰਫ ਇਹ ਸਨਰੂਫ ਹੁੰਦਾ ਇਹ ਮੂਨ ਰੂਫ ਕਹਿੰਦੇ ਨੇ ਅੱਛਾ ਜੀ ਹਾਂਜੀ ਮੂਨ ਰੂਫ ਨਹੀਂ ਖੁੱਲੇਗਾ ਸਨਰੂਫ ਇਹ ਮਤਲਬ ਬੈਕ ਸਾਈਡ ਵਾਸਤੇ ਹਾਂਜੀ ਬੈਕ ਸਾਈਡ ਪਰ ਫਿਰ ਵੀ ਇੱਥੋਂ ਆਪਾਂ ਦੇ ਸਕਦੇ ਹਾਂ ਇਹ ਉਹ ਬੜੀ ਵੱਡੀ ਗੱਲ ਆ ਇੰਨੀ ਹਲੇ ਇਹਦਾ ਰੇਟ ਦੱਸਣਾ ਆਪਾਂ ਕਲੀਅਰ ਨਹੀਂ ਕੀਤਾ ਇੱਥੋਂ ਭਾਈ ਹਾਂਜੀ ਇੱਥੋਂ ਬੰਦ ਹੋਏ ਆ ਦੇਖੋ ਜੀ ਕੀ ਬਾਤ ਹੈ ਚਲ ਆ ਜੀ ਮੈਨੂੰ ਬਹੁਤ ਸੋਹਣੀ ਲੱਗੀ ਆ ਕੀ ਬਾਤ ਹੈ ਤੁਸੀਂ ਮਤਲਬ ਜਿੱਦਾਂ ਮਰਜ਼ੀ ਪਹਾੜੀ ਪੁੜੀ ਜੇ ਘੁੰਮਣ ਜਾਓ ਪਹਾੜਾ ਪੁੜਾ ਜਿੱਦਾਂ ਨਿਕਲ ਕੇ ਆਪਾਂ ਦੇਖ ਸਕਦੇ ਹੋ ਬਾਕੀ ਪਿੱਛੇ ਵੀ ਆਪਾਂ ਬੈਠ ਕੇ ਦੇਖਦੇ ਹਾਂ ਜੀ ਤੇ ਹੋਰ ਭਾਈ ਇਹਦੇ ਦੱਸੋ ਮਾੜੇ ਮੋਟੇ ਫੀਚਰ ਇੱਕ ਇਹਦੇ ਵਿੱਚ ਬਲੂ ਲਿੰਕ ਐਪ ਆਉਂਦੀ ਹੈ ਅੱਛਾ ਜੀ ਬਲੂ ਲਿੰਕ ਐਪ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਫੀਚਰ ਮਿਲ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਗੱਡੀ ਨੂੰ ਘਰ ਬੈਠੇ ਜਦੋਂ ਤੁਹਾਡੀ ਗੱਡੀ ਮੈਂ ਚਲਾ ਰਿਹਾ ਤੁਸੀਂ ਘਰ ਬੈਠੇ ਆਪਣੇ ਫੋਨ ਤੇ ਗੱਡੀ ਨੂੰ ਟਰੈਕ ਕਰ ਸਕਦੇ ਹੋ ਤੁਹਾਡੀ ਗੱਡੀ ਕਿੱਥੇ ਜਾ ਰਹੀ ਹੈ ਇਨਬਿਲਟ ਨੈਵੀਗੇਸ਼ਨ ਆ ਰਿਹਾ ਹੈ ਫਿਰ ਇਹਦੇ ਵਿੱਚ SOS ਕਾਲਿੰਗ ਦਾ ਫੀਚਰ ਆ ਜਿਹਦਾ ਮਤਲਬ ਐਂਬੂਲੈਂਸ ਆਸੇ ਹਾਂ ਕੋਈ ਵੀ ਕਿਤੇ ਬ੍ਰੇਕਡਾਊਨ ਹੋ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਤੇ ਕਈ ਵਾਰੀ ਬੰਦੇ ਕੋ ਫੋਨ ਕੱਢਣ ਦਾ ਬਹੁਤਾ ਰੀਚ ਨਹੀਂ ਹੁੰਦੀ ਹੈ ਨਾ ਸਿੱਧਾ SOS ਦਬਾਓ ਕਰੋ ਤੇ ਆਟੋਮੈਟਿਕ ਕੰਪਨੀ ਨੂੰ ਕਾਲ ਕਰੋ ਮਹਿੰਦਰਾ ਵਾਲੇ ਕਰਦੇ ਆ ਅੱਜ ਕੱਲ ਉਹ ਵੀ ਬਹੁਤ ਕਰਦੇ ਜੀ ਸੋ ਆ ਦੇਖੋ ਮਿੱਤਰੋ ਪੂਰੀ ਆਟੋਮੈਟਿਕ ਗੱਡੀ ਆ ਤੁਹਾਨੂੰ ਕਾਫੀ ਕੁਝ ਆਪਾਂ ਦੱਸਣ ਦੀ ਕੋਸ਼ਿਸ਼ ਕੀਤੀ ਆ ਹੁਣ ਤੁਹਾਨੂੰ ਸਪੇਸ ਦਿਖਾਉਂਦੇ ਆ ਅੱਗੇ ਤਾਂ ਆਪਾਂ ਦੋ ਬੰਦੇ ਬਿਲਕੁਲ ਜਸਟ ਆ ਪੂਰੇ ਮਤਲਬ ਕਿ ਖੁੱਲੇ ਡੁੱਲੇ ਹੋ ਕੇ ਬੈਠੇ ਆ ਪਿੱਛੇ 7 ਸੀਟਰ ਦੇ ਭਾਈ 6 ਸੀਟਰ ਇਹ 6 ਚ ਵੀ ਮਿਲਦੀ ਜੇ 7 ਚ ਵੀ ਮਿਲਦੀ ਹੈ ਅਸਲ ਦੋਵੇਂ ਆ ਦੋਵੇਂ ਜੇ ਤੁਸੀਂ 7 ਲੈਣਾ ਚਾਹੋ ਇੱਥੇ ਬੈਂਚ ਸੀਟ ਮਿਲ ਜਾਏਗੀ ਜੇ 6 ਲੈਣਾ ਚਾਹੋ ਤੇ ਇੱਚ ਕੈਪਟਨ ਸੀਟ ਪਾਇਲਟ ਸੀਟ ਵੀ ਮਿਲਦੀ ਹੈ ਨਹੀਂ ਕੈਪਟਨ ਸੀਟਸ ਕੈਪਟਨ ਸੀਟਸ ਕੈਪਟਨ ਸੀਟਸ ਕਹਿੰਦੇ ਨੇ ਠੀਕ ਆ ਜੀ ਤੇ ਜੇ ਭਾਈ ਇਹਨੂੰ ਆਪਾਂ ਕੰਬਾਈਨ ਵਾਲੀ ਲੈਣੀ ਚਾਹੀਏ ਜਿਸ ਤਰ੍ਹਾਂ ਉਹ ਬੈਂਚ ਸੀਟ ਹੁੰਦੀ ਆ ਫਿਰ ਉਹ 7 ਸੀਟਰ ਹੋ ਜਾਏਗੀ ਆ ਜੀ ਆਪਾਂ ਪਿੱਛੇ ਚੱਲਦੇ ਹਾਂ ਹੋਰ ਵਧੀਆ ਚੀਜ਼ ਵਿਖਾਣਾ ਇਸ ਗੱਡੀ ਦੀ ਹਾਂਜੀ ਇਹਦੇ ਵਿੱਚ ਕੀ ਹੁੰਦਾ ਕਈ ਵਾਰ ਆਪਾਂ ਬੈਠੇ ਆ ਨਾ ਆਪਾਂ ਨੂੰ ਥਾਈ ਦਾ ਸਪੋਰਟ ਹੈ ਆ ਜਿਹੜਾ ਉਹ ਕੰਫਰਟੇਬਲ ਨਹੀਂ ਫੀਲ ਹੁੰਦਾ ਹਨਾ ਇਹਦੇ ਵਿੱਚ ਇੱਕ ਹੋਰ ਫੀਚਰ ਦਿੱਤਾ ਗਿਆ ਜੇ ਇਹ ਥਾਈ ਦਾ ਸਪੋਰਟ ਤੁਸੀਂ ਵਧਾ ਸਕਦੇ ਹੋ ਜੇ ਚਾਹੋ ਤੇ ਆਪਣੇ ਕੰਫਰਟ ਲੈਵਲ ਦੇ ਹਿਸਾਬ ਨਾਲ ਬੜੀ ਆਪਾਂ ਲੇਟ ਕੇ ਆਰਾਮ ਨਾਲ ਜਾ ਸਕਦੇ ਹੋ ਥਾਈ ਦਾ ਸਪੋਰਟ ਵਧਾ ਸਕਦੇ ਹੋ ਸੋ ਇਹ ਪਾਇਲਟ ਚ ਹੁੰਦਾ ਨਾ ਹਾਂ ਇਹ ਕੈਪਟਨ ਸੀਟ ਸੌਰੀ ਕੈਪਟਨ ਚਾਹੀਦਾ ਕੈਪਟਨ ਹਾਂਜੀ ਸੋ ਤੁਸੀਂ ਕੈਪਟਨ ਸੀਟ ਦੇ ਵਿੱਚ ਵੀ ਇਹ ਤੇ ਪੂਰੀ ਸਪੇਸ ਦੇ ਸਕਦੇ ਹੋ ਪੂਰੀ ਖੁੱਲੀ ਢੁੱਲੀ ਹੈ ਤੇ ਬੈਂਚ ਸੀਟ ਵੀ ਇਹਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ
ਉਹ ਤੋਂ ਬਾਅਦ ਪਿਛਲੇ ਸਾਈਡ ਤੇ ਵੀ ਤੁਸੀਂ ਬੈਂਚ ਸੀਟਸ ਵੀ ਲੈ ਸਕਦੇ ਹੋ। ਇਹ ਬੈਂਚ ਸੀਟਸ ਕਹਿੰਦੇ ਇਹਨੂੰ? ਹਾਂ, ਇਹ ਲੰਬੀ ਜਿਹੜੀ ਸੀਟ ਹੁੰਦੀ ਉਹਨੂੰ ਬੈਂਚ ਸੀਟ ਕਹਿੰਦੇ। ਅੱਛਾ, ਇਹ ਹਾਲੀ ਮਤਲਬ ਕਿ ਇਹ ਦੋ ਸਿੰਗਲ ਸੀਟਸ ਜਿਵੇਂ ਪਾਇਲਟ ਕੈਪਟਨ ਸੀਟ, ਦੋ ਸੀਟ ਹੋ ਗਈਆਂ, ਦੋ ਹੋ ਗਈਆਂ, ਦੋ ਬੰਦੇ ਦੀ ਸਪੇਸ ਪਿੱਛੇ 6 ਸੀਟਰ ਹੋ ਗਈ ਆ। ਜਿਸ ਤਰ੍ਹਾਂ ਮਰਜ਼ੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਜਾ ਸਕਦੇ ਹੋ, ਮਤਲਬ ਕਿ ਬੈਂਚ ਸੀਟ ਵੀ ਲੈ ਸਕਦੇ, 3 ਜਣੇ ਵੀ ਬਹਿ ਸਕਦੇ ਆ। ਜੇ ਤੁਸੀਂ ਦੋ ਦੋ ਲੈ ਕੇ ਜਾਣਾ ਚਾਹੁੰਦੇ, ਜਿਸ ਮਤਲਬ ਕਿ ਕੈਪਟਨ ਸੀਟ ਹੋ ਗਈ, ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਬਾਕੀ ਇਹਨਾਂ ਦੇ ਬੈਕ ਸਾਈਡ ਤੇ ਵੀ ਆ ਤੁਸੀਂ ਦੇ ਸਕਦੇ ਹੋ। ਹਾਂ, ਲਾਈਟਸ, ਲਾਈਟ ਦਾ ਪੂਰਾ ਉਹ ਦਿੱਤਾ ਹੋਇਆ, ਸਾਰੇ ਆਪਸ਼ਨਸ ਪਿੱਛੇ ਹੋ ਦਿੱਤੇ, ਇਸਲੇ ਬੰਦੇ ਨੂੰ ਤੰਗੀ ਨਾ ਹੋਵੇ। ਚਾਰਜਿੰਗ ਦਾ ਆਪਸ਼ਨ ਪਿੱਛੇ ਦਿੱਤਾ ਹੈ, ਅਰੇ ਵਾਹ, ਏਸੀ ਦਾ ਕੰਟਰੋਲ ਪਿੱਛੇ ਦਿੱਤਾ ਹੈ, ਇਧਰਲੀ ਸਾਈਡ ਤੇ ਪਿੱਛੇ ਉਹ ਸਾਈਡ ਤੇ ਏਸੀ ਵੀ ਲੱਗੀ ਹੈ, ਇੱਧਰ ਦੇਖੋ ਆ ਤੁਹਾਨੂੰ ਦਿਖਾਉਂਦਾ ਇੱਥੇ ਏਸੀ ਦਾ ਕੰਟਰੋਲ ਵੀ ਪਿੱਛੇ, ਨਾ ਚਾਰਜਿੰਗ ਵਾਸਤੇ ਵੀ ਦਿੱਤੇ ਆ ਕਿ ਬੰਦੇ ਨੂੰ ਤੰਗੀ ਨਾ ਆਏ ਪਿੱਛੇ ਬੈਠੇ ਨੂੰ। ਨਾਲ ਇੱਥੇ ਗਲਾਸ ਗਲੂਸ ਰੱਖਣਾ ਸੀ, ਕੁਝ ਵੀ ਤੁਸੀਂ ਰੱਖ ਸਕਦੇ ਹੋ ਖਾਣ ਪੀਣ ਵਾਸਤੇ। ਤੇ ਇਧਰਲੀ ਸਾਈਡ ਤੇ ਆ ਦੇਖੋ ਕਿ ਇੱਥੇ ਵੀ ਏਸੀ ਦਿੱਤੇ ਹੋਏ ਆ, ਨਾਲ ਚਾਰਜਿੰਗ ਦੀ ਆਪਸ਼ਨ ਵੀ ਦਿੱਤੀ ਹੋਈ ਆ। ਤੁਸੀਂ ਆਰਾਮ ਨਾਲ ਇੱਥੇ ਆਪਣਾ ਫੋਨ ਰੱਖ ਸਕਦੇ ਹੋ, ਚਾਰਜ ਕਰ ਸਕਦੇ ਹੋ, ਏਸੀ ਆਪਣੀ ਮਰਜ਼ੀ ਨਾਲ ਚਲਾ ਸਕਦੇ ਹੋ। ਉਸ ਤੋਂ ਬਾਅਦ ਇੱਧਰ ਤੁਸੀਂ ਸਪੇਸ ਚੈੱਕ ਕਰ ਸਕਦੇ ਹੋ ਕਿ ਤੁਸੀਂ ਇੱਥੋਂ ਵੀ ਪੂਰਾ ਦੇ ਸਕਦੇ ਹੋ ਪਿੱਛੇ ਮੂਨ ਰੂਫ ਤੋਂ ਵੀ, ਤੇ ਉੱਤੇ ਤੁਸੀਂ ਸਨ ਰੂਫ ਖੋਲ ਕੇ ਵੀ ਆਪਣਾ ਆਰਾਮ ਨਾਲ ਆਪਣੇ ਐਡਵੈਂਚਰ ਦਾ ਨਜ਼ਾਰਾ ਲੈ ਸਕਦੇ ਹੋ। ਬਾਕੀ ਕਾਫੀ ਇਹਦੇ ਫੀਚਰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਥੋੜੇ ਬਹੁਤੇ ਹੋਰ ਆਪਾਂ ਕਵਰ ਕਰਦੇ ਆ। ਤੇ ਆਪਾਂ ਲੌਂਗ ਰੂਟ ਤੇ ਜਾਂਦੇ ਆ, ਬੰਦਾ ਨੂੰ ਨੀਂਦ ਨੂੰ ਆ ਗਈ ਹੈ ਨਾ, ਇਹਦੇ ਵਿੱਚ ਦੇਖੋ ਇਹਨਾਂ ਨੇ ਹੈਡ ਰੈਸਟ ਕਿੰਨੇ ਜ਼ਬਰਦਸਤ ਦਿੱਤੇ ਹੋਏ ਆ ਕਿ ਪ੍ਰੋਪਰ ਤੁਸੀਂ ਇਹਦੇ ਵਿੱਚ ਸੌਂਗੇ, ਮਤਲਬ ਸਿਰ ਰੱਖ ਲੈਂਦੇ ਹੋ ਲੌਂਗ ਰੂਟ ਤੇ, ਤੁਹਾਡੇ ਇੱਕ ਤਾਂ ਨੈਕ ਨੂੰ ਪੇਨ ਹੋਣੀ ਸ਼ੁਰੂ ਹੋ ਜਾਂਦੀ, ਨੈਕ ਪੇਨ ਨਹੀਂ ਹੋਏਗੀ, ਸਪੋਰਟ ਮਿਲੇਗਾ ਪ੍ਰੋਪਰ, ਤਾਂ ਬੰਦਾ ਇਹਦੇ ਵਿੱਚ ਕੰਫਰਟੇਬਲ ਰਹੇਗਾ ਆਰਾਮ ਨਾਲ। ਕੈਪਟਨ ਸੀਟਸ ਦੇ ਵਿੱਚ ਬੜਾ, ਗੱਡੀ ਨੂੰ ਇਸ ਗੱਡੀ ਦੇ ਵਿੱਚ ਕੰਫਰਟ ਲੈਵਲ ਦਾ ਬੜਾ ਧਿਆਨ ਰੱਖਿਆ ਗਿਆ। ਅਰੇ ਵਾਰੇ ਭਾਈ, ਇਹਦੇ ਨੋਵਾ ਤੋਂ ਗਾਂਹ ਦੀ ਗੱਲਾਂ ਲੱਗਣੀਆਂ ਮੈਨੂੰ। ਤੇ ਇੱਕ ਕੈਮਰੇ ਦੀ ਸਾਗੀ ਸੱਚ ਆਪਸ਼ਨ, ਕੈਮਰੇ ਜਿਹੜੇ ਸਾਈਡ ਤੁਸੀਂ ਦਿਖਾਉਣੇ ਸੀ ਉਹ ਚੇਤਾ ਭੁੱਲ ਗਿਆ। ਸੋ ਮਿੱਤਰੋ, ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਆਪਾਂ ਸਾਈਡ ਮਿਰਰਸ ਦੇ ਕੈਮਰੇ। ਸੋ ਸਕਰੀਨ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਉਧਰਲੀ ਸਕਰੀਨ ਤੇ ਆਉਣਗੇ। ਤੁਸੀਂ ਗੱਡੀ ਡਰਾਈਵ ਕਰਦੇ ਕਰਦੇ ਆਪਣੇ ਸਾਈਡ ਦੇ ਸ਼ੀਸ਼ੇ ਦੇ ਕੈਮਰੇ ਦੇਖ ਸਕਦੇ ਹੋ। ਜਦੋਂ ਇਹਦੇ ਵਿੱਚ ਇਹ ਹੈ ਨਾ, ਜਿਸ ਤਰ੍ਹਾਂ ਇਹ ਤੁਸੀਂ ਇੰਡੀਕੇਟਰ ਜਿਸ ਸਾਈਡ ਦਾ ਆਨ ਕਰੋਗੇ ਨਾ, ਜੇ ਮੈਂ ਇਸ ਸਾਈਡ ਦਾ ਆਨ ਕੀਤਾ, ਇਸ ਸਾਈਡ ਦਾ ਕੈਮਰਾ ਲੈਫਟ ਸਾਈਡ ਦਾ ਡਿਸਪਲੇ ਹੋਣਾ ਸ਼ੁਰੂ ਹੋ ਗਿਆ, ਤੁਸੀਂ ਉਹਨੂੰ ਰਾਈਟ ਸਾਈਡ ਨੂੰ ਕਰਦੇ ਹੋ, ਰਾਈਟ ਸਾਈਡ ਦਾ ਕੈਮਰਾ ਡਿਸਪਲੇ ਹੋਣਾ ਸ਼ੁਰੂ ਹੋ ਗਿਆ ਜੀ। ਮਤਲਬ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਤੇ 360 ਡਿਗਰੀ ਤੇ ਹੈਗਾ ਹੀ ਹੈਗਾ ਵਾ। ਇਹ ਵੀ ਇੱਕ ਨਵੀਂ ਆਪਸ਼ਨ ਮੈਂ ਉਦੋਂ ਦੇਖੀ ਸੀ ਤੇ ਮੈਂ ਕਿਹਾ ਚਲੋ ਭਾਈ ਨੂੰ ਪੁੱਛਿਆ ਜਾਵੇ। ਸੋ ਬਹੁਤ ਵਧੀਆ ਲੱਗੀ ਗੱਡੀ ਆਪਾਂ ਨੂੰ। ਸੋ ਪੂਰਾ ਇਹਨਾਂ ਦਾ ਬੈਕ ਕੈਮਰਾ ਵੀ ਇਹਨਾਂ ਦਾ ਪੂਰਾ HD ਆ, ਤੇ ਪੂਰੀ 360 ਡਿਗਰੀ ਦੀ ਪੂਰੀ ਇਹਦੀ ਸਾਰਾ ਕੁਝ ਅਵੇਲੇਬਲ ਆ। ਗੱਡੀ ਮੈਨੂੰ ਬਹੁਤ ਪਿਆਰੀ ਲੱਗੀ। ਸੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਚੇਤਾ ਭੁੱਲ ਗਈ ਮੈਨੂੰ, ਸਵਾਹ ਦਿਖਾਵਾਂ ਜੀ। ਇਹਦੇ ਵਿੱਚ ਨਾ ਆਹ ਜਾਲੀਆਂ ਦੀ ਆਪਸ਼ਨ ਦਿੱਤੀ ਹੋਈ ਆ, ਇਹ ਤੁਹਾਨੂੰ ਨਾ ਇੱਥੋਂ ਗੱਡੀ ਵਿੱਚ ਲੱਗੀਆਂ ਪਹਿਲਾਂ ਤੋਂ ਮਿਲਣਗੀਆਂ, ਤੇ ਮਤਲਬ ਕਿ ਤੁਹਾਨੂੰ ਕੋਈ ਚਲਾਉਣ ਦਾ ਖਤਰਾ ਨਹੀਂ ਹੈ ਨਾ ਜੀ। ਤੇ ਮਤਲਬ ਕਿ ਕਈਆਂ ਨੂੰ ਹੁੰਦਾ ਨਾ ਕਿ ਇਹ ਚੀਜ਼ਾਂ ਧੁੱਪ ਦੇ ਵਿੱਚ ਆਉਣਾ, ਜਿੱਦਾਂ ਬੰਦੇ ਨੂੰ ਪ੍ਰਾਈਵੇਸੀ ਵੀ ਚਾਹੀਦੀ ਹੁੰਦੀ ਕਈ ਵਾਰੀ, ਤੇ ਆਹ ਚੀਜ਼ਾਂ ਏਜੰਸੀ ਵਾਲੇ ਵੀ ਲਾ ਕੇ ਦਿੰਦੇ, ਮਤਲਬ ਗੱਡੀ ਵਿੱਚ ਪਹਿਲਾਂ ਤੋਂ ਲੱਗੀਆਂ ਹੁੰਦੀਆਂ, ਪਿੱਛੋਂ ਲੱਗੀਆਂ, ਦੋਵੇਂ ਪਾਸੇ ਹੁੰਦੀਆਂ, ਦਿੱਲੀ ਸਾਈਡ ਤੇ ਵੀ ਆ ਚੀਜ਼ ਹੁੰਦੀ ਆ ਜੀ। ਜਿਸ ਤਰ੍ਹਾਂ ਮਰਜ਼ੀ ਤੁਸੀਂ ਕਰਕੇ ਡਰਾਈਵ ਕਰ ਸਕਦੇ ਹੋ, ਇਹਨੂੰ ਲਾ ਕੇ ਕੋਈ ਚਲਾਨ ਨਹੀਂ ਹੋਊਗਾ, ਕੋਈ ਕੁਛ ਨਹੀਂ ਹੋਊਗਾ। ਸਭ ਤੋਂ ਵਧੀਆ ਚੀਜ਼ ਲੱਗੀ ਹੈ ਗੱਡੀ ਦੇ ਵਿੱਚ, ਤੇ ਇਹ ਬਹੁਤ ਸੋਹਣੀ ਚੀਜ਼ ਲੱਗੀ। ਉਸ ਤੋਂ ਬਾਅਦ ਇਹਦੀ ਹੈਂਡਲ ਦੀ ਫਰਨਿਸ਼ ਵੀ ਦੇਖੋ, ਪੂਰੀ ਸਿਰਾ ਵਾ। ਇੱਥੇ ਵੀ ਇਹਨਾਂ ਨੇ ਫੈਨ ਦੀ ਆਪਸ਼ਨ ਦਿੱਤੀ ਆ ਜਾਂ ਇਹਦੀ ਵਿੰਡੋ ਦੀ ਆਪਸ਼ਨ ਦਿੱਤੀ ਹੋਈ ਆ, ਹੋਰ ਵੀ ਕਾਫੀ ਸਾਰੀਆਂ ਆਪਸ਼ਨਸ ਨੇ। ਸੋ ਹੈਂਡਲ ਵੀ ਤੁਸੀਂ ਐਡਜਸਟੇਬਲ, ਟਿਲਟ ਟੈਲੀਸਕੋਪਿਕ, ਟਿਲਟ ਤੇ ਟੈਲੀਸਕੋਪਿਕ ਦੋਨੋਂ ਹੀ ਆ, ਤੁਸੀਂ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਆਪਣੇ ਕੰਫਰਟ ਲੈਵਲ ਦੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਦੇ ਹੋ। ਠੀਕ ਆ ਜੀ, ਉਹ ਭਾਈ ਉਹ ਖੋਲਿਓ ਆ ਸਾਹਮਣੇ ਆਓ। ਹਾਂ, ਇਹਦੇ ਵਿੱਚ ਸਪੇਸ ਤੁਸੀਂ ਦੇਖ ਸਕਦੇ ਹੋ, ਮਤਲਬ ਕਾਫੀ ਸਪੇਸ ਹੈ ਇਹਦੇ ਵਿੱਚ, ਆਪਾਂ ਜੋ ਮਰਜ਼ੀ ਡਾਕੂਮੈਂਟਰੀ ਆਪਣੀ ਰੱਖ ਸਕਦੇ ਹਾਂ। ਸਪੇਸ ਪਲੱਸ ਇਹ ਕੂਲਡ ਗਲਵ ਬਾਕਸ ਹੈ। ਅੱਛਾ ਜੀ, ਇਹਦੇ ਵਿੱਚ AC ਦੇ ਨਾਲ ਇਹਦੇ ਵਿੱਚ ਵੀ ਕੂਲ ਆਏ, ਕੂਲਿੰਗ ਆਏ ਜਾਏ, ਮਤਲਬ ਕਿ ਤੁਸੀਂ ਇਹ ਚ ਬੋਤਲ ਬੋਤਲ ਰੱਖੋਗੇ ਆਪਣੀ, ਕੁਝ ਵੀ ਰੱਖੋਗੇ ਠੰਡੀ ਠੰਡੀ ਰਹੇਗੀ, ਜੇ ਤੁਸੀਂ ਸਰਦੀਆਂ 'ਚ ਰੱਖੋਗੇ ਉਹ ਮਤਲਬ ਗਰਮ ਰਹੂਗੀ ਹੈ ਨਾ, ਮਤਲਬ ਕਿ ਇਨਵਾਇਰਮੈਂਟ ਦੇ ਹਿਸਾਬ ਨਾਲ। ਉਸ ਤੋਂ ਬਾਅਦ ਸਾਰੀ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਸੋ ਇੱਥੇ ਤੁਸੀਂ ਆਮ ਰਸਟ ਵੀ ਰੱਖ ਕੇ ਬੜੇ ਆਰਾਮ ਨਾਲ ਤੁਸੀਂ ਕੁਛ ਵੀ ਰੱਖ ਸਕਦੇ ਹੋ, ਵਿੱਚ ਕਾਫੀ ਸਪੇਸ ਹੈਗੀ ਆ, ਤੇ ਫੁੱਲ ਆਟੋਮੈਟਿਕ ਗੱਡੀ ਆ।
ਤੇ ਬੋਸ ਦੇ ਸਪੀਕਰ ਲੱਗੇ ਆ। 6 ਏਅਰਬੈਗਸ ਨਾਲ ਤੁਹਾਨੂੰ ਇਹ ਗੱਡੀ ਮਿਲ ਜੂਗੀ। ਹੁਣ ਆਪਾਂ ਰੇਟ ਇਹਦਾ ਡਿਸਕਸ ਕਰੀਏ ਤੇ ਸੋ ਮਿੱਤਰੋ ਹੁਣ ਤੁਹਾਨੂੰ ਆ ਗੱਡੀ ਦਾ ਆਪਾਂ ਰੇਟ ਦੱਸਣ ਚੱਲੇ ਆ। ਨਾ ਤੇ ਤੁਹਾਨੂੰ ਇਨੋਵਾ ਦੇ ਰੇਟ ਤੇ ਮਿਲੂਗੀ, ਨਾ ਤੁਹਾਨੂੰ ਫੋਰਚੂਨਰ ਰੇਟ ਤੇ ਮਿਲੂਗੀ। ਉਹਨਾਂ ਤੋਂ ਕਿਤੇ ਗੁਣਾ ਸਸਤੀ ਤੇ ਫੀਚਰ ਤੁਹਾਨੂੰ ਵਿਖਾ ਹੀ ਚੁੱਕੇ ਆ। ਹਰ ਆਟੋਮੈਟਿਕ ਜੋ ਕਹਿ ਲਓ ਕਿ ਇੱਕ ਮਰਸੀਡੀ ਦੀ ਗੱਡੀ 'ਚ, ਇੱਕ ਪੂਰੀ ਹਾਈ ਲੈਵਲ ਦੀ ਗੱਡੀ 'ਚ ਸਾਰੇ ਫੀਚਰ ਇਹਦੇ ਵਿੱਚ ਮੌਜੂਦ ਨੇ। ਤੇ ਭਾਈ ਇਹਦਾ ਪਹਿਲੇ ਪੈਟਰੋਲ ਵੇਰੀਅੰਟ ਦੱਸੋ ਕਿੰਨੇ ਤੋਂ ਸਟਾਰਟ ਹੋ ਜਾਂਦਾ ਵਾ? ਪੈਟਰੋਲ ਵੇਰੀਅੰਟ ਭਾਜੀ ਇਹਦਾ 17.5 ਲੱਖ ਤੋਂ ਸ਼ੁਰੂ ਹੋ ਜਾਂਦਾ। ਸੋ 17.5 ਲੱਖ ਦੇ ਵਿੱਚ ਇੰਨੇ ਫੀਚਰ ਨਾਲ ਇਹ ਗੱਡੀ ਪੈਟਰੋਲ ਵੇਰੀਅੰਟ ਵਿੱਚ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਡੀਜ਼ਲ ਦਾ ਪੁੱਛਦੇ ਹਾਂ ਤੇ ਡੀਜ਼ਲ 18.5 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦਾ। ਬਸ ਥੋੜ੍ਹਾ ਜਿਹਾ ਫਰਕ ਆ, 18.5 ਲੱਖ ਰੁਪਏ ਦੇ ਲਾਗੇ ਛਾਗੇ ਡੀਜ਼ਲ ਵੇਰੀਅੰਟ ਸ਼ੁਰੂ ਹੁੰਦਾ ਵਾ। ਸੋ ਬਹੁਤ ਵਧੀਆ ਗੱਡੀ ਲੱਗੀ ਯਾਰ ਮੈਨੂੰ। ਜੇ ਤੁਸੀਂ 7 ਸੀਟਰ 'ਚ ਵੀ ਲੈਣਾ ਚਾਹੁੰਦੇ ਜੇ ਨਾ, ਤੇ ਮਤਲਬ ਕਿ ਇਨੋਵਾ ਦਾ ਪੂਰਾ ਮੁਕਾਬਲਾ ਕਰੂ ਕਿ ਜਿੱਦਾਂ ਮਰਜ਼ੀ ਤੁਸੀਂ ਪਹਾੜੀ ਇਲਾਕੇ 'ਚ ਲੈ ਕੇ ਜਾਓ, ਕਿਤੇ ਵੀ ਲੈ ਕੇ ਜਾਓ, ਕੰਫਰਟ ਪੂਰਾ ਗੱਡੀ ਵਿੱਚ, ਡਰਾਈਵਰ ਨੂੰ ਵੀ ਕੰਫਰਟ ਪਲੱਸ ਸਵਾਰੀਆਂ ਨੂੰ ਵੀ ਕੰਫਰਟ। ਤੁਸੀਂ ਵਿਆਹ ਸ਼ਾਦੀ 'ਤੇ ਵੀ ਲਾ ਸਕਦੇ ਹੋ, ਕਿਤੇ ਵੀ ਤੁਸੀਂ ਲੈ ਕੇ ਜਾ ਸਕਦੇ ਹੋ, ਪੂਰੀ ਪਰਫੈਕਟ ਗੱਡੀ ਆ। ਤੇ ਇਹ ਆਪਣਾ ਸਟਾਰਟਿੰਗ ਰੇਟ ਵੀ ਤੁਹਾਨੂੰ ਆਪਾਂ ਦੱਸਦੇ ਹਾਂ ਤੇ ਆਉਣਾ ਕਿੱਥੇ ਪੈਣਾ ਭਾਈ ਲੋਕੇਸ਼ਨ ਦੱਸ ਦਿਓ। ਆਪਣਾ ਸ਼ੋਰੂਮ ਹੈਗਾ ਜੇ ਆਰਐਨ ਹੁੰਡਾਈ ਮਜੀਠਾ ਰੋਡ ਬਾਈਪਾਸ ਤੇ ਸ਼ੋਰੂਮ ਜੇ ਮਹਾਰਾਜਾ ਫਾਰਮਸ ਦੇ ਅਗਲੇ ਬੰਨੇ ਜਾ। ਸੋ ਇਹਨਾਂ ਕੋਲ ਕਾਫੀ ਹੁੰਡਾਈ ਦੇ ਕਾਫੀ ਸਟਾਕ ਪਿਆ ਹੋਇਆ ਗੱਡੀਆਂ ਦਾ, ਤੁਸੀਂ ਆ ਕੇ ਜਿਹੜੀ ਮਰਜ਼ੀ ਆਪਣੇ ਰੇਂਜ ਦੇ ਹਿਸਾਬ ਨਾਲ ਗੱਡੀ ਸੈਟ ਕਰ ਸਕਦੇ ਹੋ। ਤੇ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਗੱਡੀਆਂ ਦੀ? ਗੱਡੀ ਆਪਣੀ 7 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਸਰ, ਗ੍ਰੈਂਡ ਆਈਟਨ ਨਿਓਸ। ਸੋ ਮਿੱਤਰੋ ਮਤਲਬ ਕਿ ਜੇ ਕੋਈ ਮਿਡਲ ਕਲਾਸ ਬੰਦੇ ਨੇ ਗੱਡੀ ਲੈਣੀ ਆ, 7 ਲੱਖ ਦੇ ਲਾਗੇ ਛਾਗੋ ਰੇਟ ਤੋਂ ਸ਼ੁਰੂ ਹੋ ਜਾਂਦੀ ਆ। ਤੁਸੀਂ ਮੈਂ ਕਹੂੰਗਾ ਜ਼ਰੂਰ ਵਿਜ਼ਿਟ ਕਰਿਓ। ਇੱਕ ਵਾਰੀ ਨੰਬਰ ਦੱਸ ਦਿਓ ਭਾਜੀ। ਨੰਬਰ ਆਪਣਾ ਹੈਗਾ ਜੀ ਸਰ 70870013248 7087013248। ਸੋ ਮਿੱਤਰੋ ਆਪਾਂ ਤੁਹਾਨੂੰ ਗੱਡੀ ਦਿਖਾ ਚੁੱਕੇ ਹਾਂ, ਨੰਬਰ ਦੱਸ ਚੁੱਕੇ ਹਾਂ ਤੇ ਸਾਰੇ ਮੇਰੇ ਵੀਰ ਭਰਾ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਦਾਂ ਹੀ ਜੇ ਤੁਸੀਂ ਪਿਆਰ ਦਿਓਗੇ ਆਪਾਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ। ਸੋ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ। ਸੋ ਓਨੀ ਦੇਰ ਲਈ ਸਤਿ ਸ੍ਰੀ ਅਕਾਲ।